ਤੁਹਾਡੇ ਵੱਲੋਂ ਚਲਾਇਆ ਗਿਆ, ਕਿਸ ਮਕਸਦ ਦੇ ਨਾਲ ਚਲਾਇਆ ਗਿਆ? ਦੇਖੋ, ਇਹ ਦੋ ਪਾਰਟ ਹੈਗੇ ਆ। ਡੀ ਜੀ ਸਾਹਿਬ ਨੇ ਸਪੈਸ਼ਲੀ ਜਿਹੜਾ ਅੰਮ੍ਰਿਤਸਰ ਬਲਾਸਟ ਹੋਏ ਸੀਗੇ ਉਹਨੂੰ ਬੰਦੇ ਨੇ ਰੱਖਦੇ, ਦੂਜਾ ਇਲੈਕਸ਼ਨ ਹੈ, ਕੱਲ੍ਹ ਇਲੈਕਸ਼ਨ ਹੈਗੀ ਹੈ ਜਲੰਧਰ ਦੀ, ਤਾਂ ਉਹਨੂੰ ਬੰਦੇ ਨਾਲ ਰੱਖਦੇ ਹੋਏ ਅਸੀਂ ਜਿਹੜਾ ਹੈਗਾ ਸਪੈਸ਼ਲ ਜਿਹੜਾ ਹੈਗਾ ਇਹ ਓਪਰੇਸ਼ਨ ਚਲਾਏ ਗਏ। ਇਹਦੇ 'ਚ ਨਾਕੇ ਵੀ ਹੈ, ਸਰਚ ਓਪਰੇਸ਼ਨ ਵੀ ਹੈਗੀ ਹੈ, ਜਿੱਦਾਂ ਕਿ ਅਸੀਂ ਕੈਸੇ ਦਿਨ ਸਿਟੀ ਜ਼ੀਰਾ ਦਾ ਕੀਤਾ ਹੈਗਾ, ਕੱਲ੍ਹ ਨੂੰ ਫਲੈਗ ਮਾਰਚ ਵੀ ਹੈਗਾ। ਤਾਂ ਉਹ ਅਸੀਂ ਵੱਖ ਵੱਖ ਜਿਹੜੀਆਂ ਟੀਮਾਂ ਨੇ ਗਠਿਤ ਕੀਤੀਆਂ ਨੇ, ਜਿਹਨਾਂ ਨੇ ਨਾਕੇ ਲਾਏ ਹੋਏ ਆ, ਸਮੂਥਲੀ ਉਹਨਾਂ ਦੀ ਚੈਕਿੰਗ ਕਰ ਰਹੇ ਹੈਗੇ, ਤਾਂ ਕਿ ਕੋਈ ਵੈਪਨ ਮਿਲ ਜਾਵੇ, ਕੋਈ ਨਸ਼ੇ ਵਾਲੀ ਚੀਜ਼ ਮਿਲ ਜਾਵੇ, ਤਾਂ ਉਹਦੇ ਤਹਿਤ ਜਿਹੜੇ ਹੈਗੇ ਕੇਸ ਦਿੱਤੇ ਜਾ ਰਹੇ ਆ। ਹੁਣ ਤੱਕ ਕੋਈ ਬਰਾਮਦਗੀ ਵਗੈਰਾ ਹੋਈ? ਸਦਰ ਥਾਣੇ 'ਚ 55 ਗ੍ਰਾਮ ਦੀ ਹੀਰੋਇਨ ਬਰਾਮਦ ਹੋਈ ਹੈ, ਉੱਥੇ ਉਹ ਕੇਸਿਸ। ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ। ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ। ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ। ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ, ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ, ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ। ਚੁੱਕੇ ਜਾਣਗੇ ਮਸਲੇ, ਹੋਵੇਗੀ ਹੱਕ ਦੀ ਗੱਲ। ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼। ਰੋਜ਼ਾਨਾ ਅੱਜ ਦੀ ਆਵਾਜ਼, ਪੰਜਾਬ ਦੀ ਭਰੋਸੇਮੰਦ ਅਖ਼ਬਾਰ।